ਡਿੰਪੀ ਢਿੱਲੋਂ ਹੋਰਾਂ ਨੇ ਵਰਕਰਾਂ ਦਾ ਇਕੱਠ ਕੀਤਾ ਤਾਂ ਕੁਝ ਵਰਕਰ ਜਿਹੜੇ ਨੇ ਉਹ ਪਿੰਡ ਬਾਦਲ ਵੀ ਪਹੁੰਚੇ ਨੇ, ਜਿੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵਰਕਰਾਂ ਦੇ ਨਾਲ ਜਿਹੜੀ ਆ ਉਹ ਮੀਟਿੰਗ ਕੀਤੀ ਹੈ। ਔਰ ਵਰਕਰਾਂ ਦੇ ਨਾਲ ਮੀਟਿੰਗ ਕਰਦਿਆਂ ਇੱਕ ਗੱਲ ਉਹਨਾਂ ਨੇ ਸਪਸ਼ਟ ਕਹੀ ਹੈ ਕਿ ਜਿਸ ਗੱਲ ਨੂੰ ਆਧਾਰ ਬਣਾਇਆ ਜਾ ਰਿਹਾ ਕਿ ਮਨਪ੍ਰੀਤ ਬਾਦਲ ਦੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਰਹੀ ਹੈ, ਤਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਨਪ੍ਰੀਤ ਦਾ ਰਾਹ ਵੱਖਰਾ, ਉਹਨਾਂ ਦਾ ਰਾਹ ਵੱਖਰਾ, ਸੋ ਇਸ ਤਰ੍ਹਾਂ ਦੀ ਕੋਈ ਸੋਚ ਜਿਹੜੀ ਆ ਉਹ ਵਰਕਰ ਨਾ ਰੱਖਣ। ਇਸ ਤੋਂ ਇਲਾਵਾ ਵਰਕਰਾਂ ਨੇ ਇੱਕ ਮੰਗ ਵੀ ਰੱਖੀ ਹੈ ਕਿ ਜੇਕਰ ਹਰਦੀਪ ਡਿੰਪੀ ਢਿੱਲੋਂ ਇੱਥੋਂ ਨਹੀਂ ਲੜਦੇ ਤਾਂ ਸੁਖਬੀਰ ਬਾਦਲ ਜਿਹੜੇ ਨੇ ਉਹ ਆਪ ਉਮੀਦਵਾਰ ਹੋਣ। ਸਾਡੇ ਨਾਲ ਵਰਕਰ ਵੀ ਨੇ, ਬਾਈ ਜੀ ਕੀ ਗੱਲ ਹੋਈ ਹੈ, ਮੀਟਿੰਗ ਕੀਤੀ ਹੈ ਸੁਖਬੀਰ ਬਾਦਲ ਹੋਰਾਂ? ਮੀਟਿੰਗ 'ਚ ਪ੍ਰਧਾਨ ਜੀ ਨੇ ਆਖਿਆ ਵੀ ਜਿਹੜੀ ਡਿੰਪੀ ਜੀ ਕਹਿੰਦੇ ਆ ਵੀ ਮਨਪ੍ਰੀਤ ਨੂੰ ਟਿਕਟ ਦੇਣੀ ਆ, ਵੀ ਇਹ ਝੂਠੀ ਅਫਵਾਹ, ਜੇ ਉਹਨਾਂ ਨੇ ਵੀ ਟਿਕਟ ਲੜਨੀ ਆ ਤਾਂ 10-15 ਦਿਨ ਦਾ ਟਾਈਮ ਆ ਵੀ ਟਿਕਟ ਉਹਨਾਂ ਦੀ ਆ, ਉਹ ਲੜਨਗੇ, ਤੇ ਜੇ ਉਸ ਤੋਂ ਬਾਅਦ ਵੀ ਜੇ ਮਤਲਬ ਵੀ ਉਹ ਅਕਾਲੀ ਦਲ ਦੀ ਟਿਕਟ ਤੇ ਨਹੀਂ ਲੜਦੇ ਤੇ ਜੋ ਵੀ ਵਰਕਰ ਫੈਸਲਾ ਕਰਨਗੇ ਮੈਨੂੰ ਉਹ ਕਬੂਲ ਆ। ਤੁਹਾਨੂੰ ਤੁਸੀਂ ਵਰਕਰਾਂ ਨੇ ਮੰਗ ਵੀ ਕੀਤੀ ਹੈ, ਕਹਿੰਦੇ ਸੁਖਬੀਰ ਬਾਦਲ ਆਪ ਲੜਨ? ਹਾਂਜੀ, ਮੰਗ ਇਹ ਕੀਤੀ ਕਿਉਂਕਿ ਬਾਦਲ ਸਾਹਿਬ ਦਾ ਪੁਰਾਣਾ ਹਲਕਾ ਜੀ, ਵੀ ਤੁਸੀਂ ਆਪ ਲੜੋ ਜੀ, ਤੇ ਪ੍ਰਧਾਨ ਜੀ ਕਹਿੰਦੇ ਵੀ ਏਡੀ ਜਲਦੀ ਵਾਲੇ ਫੈਸਲੇ ਨਹੀਂ ਹੁੰਦੇ, ਬਾਕੀ ਮੈਂ ਵਰਕਰਾਂ ਦੇ ਨਾਲ ਆ, ਜਿਵੇਂ ਵਰਕਰ ਕਹਿਣਗੇ ਵੀ ਉਹੀ ਫੈਸਲਾ ਲਿਆ ਜਾਊਗਾ। ਕੋਈ ਮਨਪ੍ਰੀਤ ਬਾਦਲ ਬਾਰੇ ਵੀ ਗੱਲ ਹੋਈ ਹੈ, ਮਨਪ੍ਰੀਤ ਬਾਦਲ ਆ ਰਹੇ ਆ ਕਿ ਨਹੀਂ ਆ ਰਹੇ? ਨਹੀਂ, ਉਹ ਕਹਿੰਦੇ ਜੀ ਉਹਨਾਂ ਦਾ ਰਾਹ ਹੀ ਵੱਖਰਾ ਜੀ, ਉਹ ਭਾਜਪਾ 'ਚ ਵੀ ਇਹ ਜਿਹੜੀ ਕਨਫਿਊਜ਼ਨ ਆ ਵੀ ਇਹ ਤੁਸੀਂ ਕਲੀਅਰ ਕਰ ਲਿਓ ਵੀ ਇਹ ਮਨਪ੍ਰੀਤ ਦਾ ਰਾਹ ਵੱਖਰਾ, ਆਪਣਾ ਰਾਹ ਵੱਖਰਾ ਜੀ। ਬਾਪੂ ਜੀ ਤੁਸੀਂ ਅਕਾਲੀ ਦਲ ਨਾਲ ਜੁੜੇ ਹੋਏ ਪੁਰਾਣੇ? ਹਾਂਜੀ। ਕੀ ਕਿਹਾ ਅੱਜ ਪ੍ਰਧਾਨ ਜੀ ਨੇ ਫਿਰ ਗਿੱਦੜਵਾ ਹਲਕੇ ਦਾ, ਕੀ ਗੱਲ ਹੈ? ਬਾਦਸ਼ਾਹ ਉਹਨਾਂ ਨੇ ਇਹੀ ਕਿਹਾ ਵੀ ਜੇ ਡੈਂਪੀ ਲੜਦਾ ਤਾਂ ਪਹਿਲ ਉਹਦੀ ਹੈ, ਤੇ ਨਹੀਂ ਫਿਰ ਜੇ ਉਹ ਜਵਾਬ ਹੀ ਦਿੰਦਾ ਤਾਂ ਉਦੋਂ ਬਾਅਦ ਫਿਰ ਵੇਖਾਂਗੇ ਕਿੰਨਾ ਦਾ ਫੈਸਲਾ ਕੌਣ ਕਰੇਗਾ ਫਿਰ, ਕੀ ਕਹਿੰਦੇ ਰਹੇ? ਫੈਸਲਾ ਫਿਰ ਸੰਗਤਾਂ ਹੀ ਕਰਨਗੀਆਂ ਨਾ। ਸੰਗਤ ਨੇ ਕਿਹਾ ਅੱਜ ਕਿ ਆਪ ਲੜਨ ਸੁਖਬੀਰ ਬਾਦਲ? ਹਾਂਜੀ, ਆਖਿਆ ਸੰਗਤਾਂ ਨੇ ਵੀ ਜੇ ਪਹਿਲ ਉਹਨਾਂ ਨੂੰ ਦਿੱਤੀ, ਉਹਨਾਂ ਨੇ ਸੁਖਬੀਰ ਮਨਪ੍ਰੀਤ ਨੂੰ ਦੂਜੇ ਨੂੰ ਦਿੱਤੀ ਆ, ਮਨਪ੍ਰੀਤ ਨੂੰ ਡੈਂਪੀ ਜੀ ਨੂੰ, ਵੀ ਉਹ ਜੇ ਆਉਣ ਇੱਧਰ ਤੇ ਉਹਦੀ ਆ, ਨਹੀਂ ਤੇ ਫਿਰ ਅਸੀਂ ਜਿਵੇਂ ਸੰਗਤ ਆਖੂਗੀ ਉਵੇਂ। ਸੋ ਵਰਕਰ ਜਿਹੜੇ ਨੇ ਉਹ ਵੱਡੀ ਤਾਦਾਦ 'ਚ ਨੇ, ਔਰ ਗਿੱਦੜਵਾ ਹਲਕਾ ਸਾਂਭ ਰਹੇ ਸੀ ਵੱਖ ਵੱਖ ਆਗੂ, ਉਹ ਵੀ ਇੱਥੇ ਪਹੁੰਚੇ ਨੇ, ਪਰ ਦੱਸ ਦਈਏ ਕਿ ਅੱਜ ਜਿਹੜਾ ਫਿਲਹਾਲ ਮੀਟਿੰਗ ਦੇ ਵਿੱਚ ਵਿਚਾਰਾਂ ਹੋਈਆਂ ਨੇ, ਅਤੇ ਇੱਕ ਵਾਰ ਸੁਖਬੀਰ ਬਾਦਲ ਨੇ ਫਿਰ ਇਹ ਗੱਲ ਕਹੀ ਹੈ ਕਿ ਟਿਕਟ ਜਿਹੜੀ ਆ ਹਰਦੀਪ ਸਿੰਘ ਡਿੰਪੀ ਢਿੱਲੋਂ ਹੋਰਾਂ ਦੀ ਹੈ, ਮਨਪ੍ਰੀਤ ਬਾਦਲ ਦਾ ਰਾਹ ਵੱਖਰਾ, ਮੇਰਾ ਰਾਹ ਵੱਖਰਾ, ਔਰ ਵਰਕਰਾਂ ਨੇ ਮੰਗ ਕੀਤੀ ਹੈ ਕਿ ਜੇਕਰ ਡਿੰਪੀ ਢਿੱਲੋਂ ਹੋਰ ਪਾਰਟੀ ਜੁਆਇਨ ਕਰਦੇ ਨੇ ਜਾਂ ਹੋਰ ਕਿਤੋਂ ਉਮੀਦਵਾਰ ਹੁੰਦੇ ਨੇ ਤਾਂ ਫਿਰ ਕੀ ਜਿਹੜੇ ਹੈਗੇ ਨੇ ਉਹ ਆਪ ਜਿਹੜੇ ਸੁਖਬੀਰ ਬਾਦਲ ਜਿਹੜੇ ਨੇ ਚੋਣ ਲੜਨ? ਭਾਅ ਜੀ ਮੀਟਿੰਗ 'ਚ ਸੀ? ਹਾਂਜੀ ਹਾਂਜੀ। ਕੀ ਬਣਿਆ, ਕੀ ਹੋਇਆ, ਕੀ ਹੈ? ਕੁਛ ਨਹੀਂ, ਡਿਓ ਕਹਿੰਦੇ ਡਿੰਪੀ ਸਾਡਾ ਹੈ, ਇਲੈਕਸ਼ਨ ਲੜੇ, ਇਹ ਟਿਕਟ ਡਿੰਪੀ ਦੀ ਹੈ। ਜੇ ਡਿੰਪੀ ਨਹੀਂ ਲੜਦਾ ਤਾਂ ਵਰਕਰ ਕੀ ਕਹਿੰਦੇ ਨੇ? ਵਰਕਰ ਕੁਛ ਨਹੀਂ ਕਹਿ ਰਹੇ, ਕਹਿੰਦੇ ਜੋ ਡਿੰਪੀ ਦਾ ਫੈਸਲਾ ਲੜਿਆ ਕੇ ਅਸੀਂ ਉਹਦੇ ਹਾਂ। ਪਰ ਜੇ ਡਿੰਪੀ ਢਿੱਲੋਂ ਨਹੀਂ ਲੜਦੇ ਤਾਂ? ਨਹੀਂ, ਹਜੇ ਕੁਛ ਨਹੀਂ ਉਹਦੇ ਪਰ। ਵਰਕਰਾਂ ਨੇ ਮੰਗ ਕੀਤੀ ਸੁਖਬੀਰ ਬਾਦਲ ਲੜਨ? ਨਹੀਂ ਨਹੀਂ, ਹਜੇ ਕੁਛ ਨਹੀਂ, ਹਜੇ ਮੀਟਿੰਗ ਚੱਲ ਰਹੀ ਹੈ। ਓਕੇ, ਚੱਲ। ਜਿਹੋ ਜਿਹਾ ਚੱਲ ਰਿਹਾ ਹੈਗਾ ਸਿਸਟਮ ਗਿੱਦੜਵਾ ਹਲਕੇ ਨੂੰ ਨਾ, ਜਿਮਨੀ ਚੋਣ ਸੀ, ਕੀ ਗੱਲਬਾਤ ਹੋਈ ਹੈਗੀ ਹੈ, ਕੀ ਲੱਗਦਾ ਜਿਹੜੇ ਗੱਲ ਕਹਿ ਰਹੇ ਨੇ ਮਨਪ੍ਰੀਤ ਬਾਦਲ ਆ ਰਹੇ ਨੇ ਜਾਂ ਕੁਛ ਇਸ ਤਰ੍ਹਾਂ ਦਾ? ਨਹੀਂ, ਏਦਾਂ ਦੀ ਕੋਈ ਗੱਲ ਨਹੀਂ। ਪ੍ਰਧਾਨ ਜੀ ਨੇ ਸਾਰੇ ਹਲਕੇ ਦੇ ਵਿੱਚੋਂ ਜਿਹੜੇ ਮੇਨ ਆਗੂ ਸੀ ਸਾਰਿਆਂ ਨੂੰ ਬੁਲਾਇਆ, ਪਾਰਟੀ ਦੇ ਵੀ ਮੇਨ ਆਗੂ ਹਾਜ਼ਰ ਸੀ। ਉਹਨਾਂ ਨੇ ਇਹ ਗੱਲ ਕਿਹਾ ਕਿ ਮਨਪ੍ਰੀਤ ਵਾਲਾ ਕੋਈ ਇਸ਼ੂ ਹੀ ਨਹੀਂ ਹੈਗਾ, ਵੀ ਏਦਾਂ ਹੀ ਰਿਊਮਰ ਬਣਾਏ ਜਾ ਰਹੇ ਹੈਗੇ ਆ। ਤਾਂ ਪ੍ਰਧਾਨ ਜੀ ਨੇ ਤਾਂ ਹੁਣ ਵੀ ਡਿੰਪੀ ਨੂੰ ਅਪੀਲ ਕੀਤੀ ਹੈ ਵੀ ਹਾਲੇ ਵੀ ਅਸੀਂ ਵੇਟ ਕਰਾਂਗੇ, ਵੀ ਇਹ ਸੀਟ ਕਦੇ ਵੀ ਉਹਨਾਂ ਨੂੰ ਨਹੀਂ ਇਹ ਗੱਲ ਕਹੀ ਕਿ ਇਸ ਵੀ ਟਿਕਟ ਤੁਹਾਡੀ ਨਹੀਂ, ਵੀ ਹਾਲੇ ਵੀ ਇਹ ਟਿਕਟ ਤੁਹਾਡੀ ਹੈ, ਅਸੀਂ ਤੁਹਾਨੂੰ ਹਫ਼ਤੇ ਦਾ ਵੀ ਟਾਈਮ ਦਿੰਦੇ ਹਾਂ, ਤੁਸੀਂ ਆਪਦਾ ਮਨ ਬਣਾ ਲਓ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾ ਨੰਬਰ ਜਿਹੜਾ ਡਿੰਪੀ ਢਿੱਲੋਂ ਦਾ ਹੀ ਹੈ। ਕੁਛ ਇਸ ਤਰ੍ਹਾਂ ਦੀਆਂ ਵੀ ਅੰਦਰ ਵਰਕਰਾਂ ਨੇ ਮੰਗ ਕੀਤੀ ਵੀ ਜੇ ਡਿੰਪੀ ਨਹੀਂ ਲੜਦੇ, ਵਾਪਸ ਨਹੀਂ ਆਉਂਦੇ ਤਾਂ ਸੁਖਬੀਰ ਸਿੰਘ ਬਾਦਲ ਲੜਨ, ਕੀ ਕਿਹਾ ਹੈ? ਹਾਂਜੀ ਹਾਂਜੀ ਹਾਂ, ਫਿਰ ਸਾਰੇ ਹਲਕੇ ਦੇ ਲੋਕਾਂ ਦੀ ਇਹੀ ਡਿਮਾਂਡ ਹੈ ਵੀ ਜੇ ਡਿੰਪੀ ਢਿੱਲੋਂ ਨਹੀਂ ਆ ਰਿਹਾ ਤਾਂ ਫਿਰ ਪ੍ਰਧਾਨ ਜੀ ਆਪ ਹਲਕੇ ਦੀ ਕਮਾਂਡ ਦੇਖਣ, ਆਪ ਸਾਂਭਣ। ਤੁਹਾਨੂੰ ਲੱਗਦਾ ਡਿੰਪੀ ਢਿੱਲੋਂ ਨੂੰ ਵਾਪਸੀ ਕਰਨੀ ਚਾਹੀਦੀ ਜਾਂ ਕਿਸ ਤਰ੍ਹਾਂ ਦਾ, ਕੀ ਸੋਚਦੇ, ਕੀ ਹੈਗੇ ਹੋ ਆ ਜਦੋਂ ਪ੍ਰਧਾਨ ਜੀ ਕਹਿ ਰਹੇ ਕਿ ਮਨਪ੍ਰੀਤ ਵਾਲੀ ਗੱਲ ਹੀ ਕੋਈ ਨਹੀਂ? ਹਾਂਜੀ ਬਿਲਕੁਲ, ਉਹ ਤਾਂ ਫਿਰ ਹੁਣ ਪ੍ਰਧਾਨ ਜੀ ਨੇ ਵੀ ਅੰਦਰ ਕਿਹਾ ਵੀ ਏਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੀਗੀ, ਵੀ ਇਹਨਾਂ ਨੂੰ
ਕਿਉਂ ਕਿਸੇ ਨੇ ਜਿਹੜੀਆਂ ਗੱਲਾਂ ਉਡਾਈਆਂ, ਅਫਵਾਹਾਂ ਉਡਾਈਆਂ, ਇਹਨਾਂ ਨੇ ਕਿਉਂ ਇੱਦਾਂ ਦਾ ਇਹ ਫੈਸਲਾ ਕਰਿਆ ਕਿ ਆਪਾਂ ਜਿਹੜਾ ਵੀ ਮਨਪ੍ਰੀਤ ਕਰਕੇ ਮੈਂ ਉੱਧਰ ਪਾਰਟੀ ਨੂੰ ਛੱਡ ਰਿਹਾ ਤਾਂ ਉਹ ਕਿਹਾ ਹੀ ਗਿਆ ਪ੍ਰਧਾਨ ਜੀ ਨੇ ਜਦੋਂ ਕਹਿ ਤਾ ਸਾਰੀਆਂ ਗੱਲਾਂ ਵਿੱਚ ਹੀ ਆ ਗਈਆਂ ਨਾ ਵੀ ਮਨਪ੍ਰੀਤ ਆ ਹੀ ਨਹੀਂ ਰਿਹਾ ਸ਼੍ਰੋਮਣੀ ਅਕਾਲੀ ਦਲ 'ਚ।